ਦੀ ਸ਼ੁੱਧੀ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਗਲਤ ਸ਼ਬਦ ਜੋੜ ਵਾਲੀ ਲਿਖਤ ਕਿਸੇ ਨੂੰ ਵੀ ਪਸੰਦ ਨਹੀਂ ਆਉਂਦੀ। ਗਲਤ ਸ਼ਬਦ ਜੋੜ ਵਾਲੀ ਲਿਖਤ ਦੇ ਕਈ ਵਾਰ ਮਤਲਬ ਹੀ ਬਦਲ ਜਾਂਦੇ ਹਨ। ਪ੍ਰੀਖਿਆਵਾਂ ਦੇ ਲਿਹਾਜ਼ ਤੋਂ ਵੀ ਗਲਤ ਸ਼ਬਦ ਜੋੜਾਂ ਵਾਲੀ ਲਿਖਤ ਪਸੰਦ ਨਹੀਂ ਕੀਤੀ ਜਾਂਦੀ। ਸ਼ਬਦ ਜੋੜਾਂ ਦੀਆਂ ਅਸ਼ੁੱਧੀਆਂ ਦੂਰ ਕਰਨ ਅਤੇ ਭਾਸ਼ਾ ਨੂੰ ਮਿਆਰੀ ਰੂਪ ਪ੍ਰਦਾਨ ਕਰਨ ਲਈ ਭਾਸ਼ਾ ਵਿਦਵਾਨਾਂ ਨੇ ਕੁਝ ਨਿਯਮ ਬਣਾਏ ਹਨ। ਉਹਨਾਂ ਨਿਯਮਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਪੜ੍ਹੋ, ਸਮਝੋ ਅਤੇ ਯਾਦ ਕਰੋ। ਅਸ਼ੁੱਧ ਸ਼ੁੱਧ, ਨਹਿਰ ਨਹਿਰ, ਸ਼ਹਿਰ ਸ਼ਹਿਰ, ਜ਼ਹਿਰ ਜ਼ਹਿਰ, ਸੋਹਣਾ ਸੋਹਣਾ ਨਹੀਂ ਸੋਹਰਾ ਸੋਹਰਾ, ਬਹੁਤ ਬਹੁਤ, ਟੋਹਰ ਟੋਹਰ, ਕਿਹੜਾ ਕਿਹੜਾ, ਬਹਿਰ ਬਹਿਰ, ਬਹਿੰਦਾ ਬਹਿੰਦਾ, ਕਹਿੰਦਾ ਕਹਿੰਦਾ, ਸਹਿਜ ਸੋਹਜ, ਵੋਟੀ ਵੋਟੀ, ਔਹਰ ਔਰ, ਬੋਕਰ ਬੋਕਰ, ਵਿਹੜਾ ਵਿਹੜਾ। ਅਸ਼ੁੱਧ, ਇਹ ਨਹਿਰ ਬੜੀ ਸਾਫ਼ ਹਨ। ਸ਼ੁੱਧ, ਇਹ ਨਹਿਰ ਬੜੀ ਸਾਫ਼ ਹੈ। ਅਸ਼ੁੱਧ ਸ਼ੁੱਧ, ਐਨਕ ਐਨਕ, ਇੱਕ ਇੱਕ, ਔਖਾ ਔਖਾ, ਕੌਣ ਕੌਣ, ਐਨ ਈਨ, ਇਹ ਇਹ, ਸੌਖਾ ਸੌਖਾ, ਪੌੜੀ ਪੌੜੀ। ਅਸ਼ੁੱਧ, ਰਮਾ ਨੇ ਐਨਕ ਲਾਈ ਹੈ। ਸ਼ੁੱਧ, ਰਮਾ ਨੇ ਐਨਕ ਲਗਾਈ ਹੈ। ਅਸ਼ੁੱਧ ਸ਼ੁੱਧ, ਸੂਰਯ ਸੂਰਜ, ਕਾਰਯ ਕਾਰਜ, ਯੁੱਧ ਯੁੱਧ, ਗਿਆ ਗਿਆ, ਯੋਗੀ ਜੋਗੀ, ਕਯੋਂ ਕਿਉਂ, ਆਇਆ ਆਇਆ, ਅਭਿਆਸ ਅਭਿਆਸ, ਰੋਇਆ ਰੋਇਆ, ਯਸ਼ ਜਸ। ਅਸ਼ੁੱਧ, ਸੂਰਯ ਨਿਕਲ ਆਇਆ ਹੈ। ਸ਼ੁੱਧ, ਸੂਰਜ ਨਿਕਲ ਆਇਆ ਹੈ। ਅਸ਼ੁੱਧ ਸ਼ੁੱਧ, ਕਵ ਕਵੀ, ਪਤ ਪਤੀ, ਯਾਤਰਾ ਯਾਤਰਾ, ਪੁੱਤਰ ਪੁੱਤਰ, ਮੰਤਰੀ ਮੰਤਰੀ, ਭਗਤ ਭਗਤੀ, ਸ਼ਕਤ ਸ਼ਕਤੀ, ਆਦਰਸ਼ ਆਦਰਸ਼, ਕਿਰਿਆ ਕਿਰਿਆ, ਸੰਤਰੀ ਸੰਤਰੀ। ਅਸ਼ੁੱਧ, ਕਵ ਨੇ ਕਵਿਤਾ ਪੜ੍ਹੀ। ਸ਼ੁੱਧ, ਕਵੀ ਨੇ ਕਵਿਤਾ ਪੜ੍ਹੀ। ਅਸ਼ੁੱਧ ਸ਼ੁੱਧ, ਗ੍ਰੰਥ ਗ੍ਰੰਥ, ਪ੍ਰੇਮ ਪ੍ਰੇਮ, ਪੜ੍ਹਨਾ ਪੜ੍ਹਨਾ, ਕੰਬਣਾ ਕੰਬਣਾ, ਲਿਖਣਾ ਲਿਖਣਾ, ਸੁਣਨਾ ਸੁਣਨਾ, ਅੰਮ੍ਰਿਤ ਅੰਮ੍ਰਿਤ, ਪ੍ਰਿੰਟ ਪ੍ਰਿੰਟ, ਖੁੱਲਾ ਖੁੱਲਾ, ਸੁੱਟਣਾ ਸੁੱਟਣਾ, ਲੁੱਟਣਾ ਲੁੱਟਣਾ, ਖੁੱਲਣਾ ਖੁੱਲਣਾ। ਅਸ਼ੁੱਧ, ਲਿਖਾਰ ਗ੍ਰੰਥ ਲਿਖਦਾ ਹੈ। ਸ਼ੁੱਧ, ਲਿਖਾਰੀ ਗ੍ਰੰਥ ਲਿਖਦਾ ਹੈ। ਅਸ਼ੁੱਧ ਸ਼ੁੱਧ, ਬਚਾ ਬੱਚਾ, ਆਰਾਮ ਆਰਾਮ ਆਰਾਮ, ਕੁਆਰਾ ਕੁਆਰਾ, ਜਹਾਜ਼ ਜਹਾਜ਼ ਜਹਾਜ਼, ਆਜ਼ਾਦ ਆਜ਼ਾਦ ਆਜ਼ਾਦ, ਆਜ਼ਾਦ ਬਾਜ਼ਾਰ ਬਾਜ਼ਾਰ ਬਾਜ਼ਾਰ, ਸਾਧਾਰਨ 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 ਸਾਧਾਰਨ, ਗਵਾਂਢਣ ਗਵਾਂਢਣ ਗਵਾਂਢਣ, ਗਲਤ ਗਲਤ, ਕਾਗਜ਼ ਕਾਗਜ਼। ਅਸ਼ੁੱਧ, ਬੱਚਾ ਬੜਾ ਖੁਸ਼ ਹੈ। ਸ਼ੁੱਧ, ਬੱਚਾ ਬੜਾ ਖੁਸ਼ ਹੈ। ਅਸ਼ੁੱਧ ਸ਼ੁੱਧ, ਜੇਬ ਜੇਬ, ਵੱਡਾ ਵੱਡਾ, ਸੋਜੀ ਸੋਜੀ, ਲਾਭ ਲਾਭ, ਲੋਭੀ ਲੋਭੀ, ਸਾਂਝ ਸਾਂਝ, ਗੋਭੀ ਗੋਭੀ, ਧੁੰਦ ਧੁੰਦ। ਅਸ਼ੁੱਧ, ਮੇਰੀ ਜੇਬ ਵਿੱਚ 5 ਰੁਪਏ ਹਨ। ਸ਼ੁੱਧ, ਮੇਰੀ ਜੇਬ ਵਿੱਚ 5 ਰੁਪਏ ਹਨ। ਯਾਦ ਰੱਖਣ ਯੋਗ ਗੱਲਾਂ। ਕਿਸੇ ਵੀ ਲਿਖਤ ਵਿੱਚ ਸ਼ਬਦ ਜੋੜਾਂ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਗਲਤ ਸ਼ਬਦ ਜੋੜ ਵਾਲੀ ਲਿਖਤ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਪ੍ਰੀਖਿਆਵਾਂ ਵਿੱਚ ਵੀ ਗਲਤ ਸ਼ਬਦ ਜੋੜ ਦੇ ਨੰਬਰ ਕੱਟ ਲਏ ਜਾਂਦੇ ਹਨ। ਸ਼ਬਦ ਜੋੜਾਂ ਨੂੰ ਸ਼ੁੱਧ ਕਰਨ ਲਈ ਕੁਝ ਨਿਯਮ ਬਣਾਏ ਗਏ ਹਨ। ਸ਼ਬਦ ਜੋੜ ਦੀਆਂ ਗਲਤੀਆਂ ਬੋਲ ਲਿਖਤ ਵਿਧੀ ਰਾਹੀਂ ਦੂਰ ਹੋ ਸਕਦੀਆਂ ਹਨ। ਪਾਠ 6, ਸ਼ਬਦ ਬੋਧ। ਸ਼ਬਦ ਬੋਧ, ਵਿਆਕਰਨ ਅਨੁਸਾਰ ਸ਼ਬਦਾਂ ਦੇ ਅਧਿਐਨ ਨੂੰ ਸ਼ਬਦ ਬੋਧ ਆਖਿਆ ਜਾਂਦਾ ਹੈ। ਇਸ ਵਿੱਚ ਸ਼ਬਦਾਂ ਦੀ ਸ਼੍ਰੇਣੀ ਵੰਡ, ਰੂਪਾਂਤਕ ਰਚਨਾ ਤੇ ਵਰਤੋਂ ਦੇ ਨਿਯਮ ਦਾ ਅਧਿਐਨ ਕੀਤਾ ਜਾਂਦਾ ਹੈ। ਸ਼ਬਦ, ਆਪਣੇ ਵਿਚਾਰ ਦੂਜਿਆਂ ਕੋਲ ਪ੍ਰਗਟ ਕਰਨ ਲਈ ਜਿਹੜੇ ਸਪਸ਼ਟ ਬੋਲ ਅਸੀਂ ਉਚਾਰਦੇ ਹਾਂ, ਉਹਨਾਂ ਨੂੰ ਸ਼ਬਦ ਆਖਿਆ ਜਾਂਦਾ ਹੈ। ਇਹ ਭਾਸ਼ਾ ਦੀ ਛੋਟੀ ਤੇ ਸਾਰਥਕ ਇਕਾਈ ਮੰਨੀ ਗਈ ਹੈ। ਸ਼ਬਦ ਦੀਆਂ ਕਿਸਮਾਂ, ਪੰਜਾਬੀ ਵਿਆਕਰਨ ਵਿੱਚ ਸ਼ਬਦ 2 ਪ੍ਰਕਾਰ ਦੇ ਹਨ, ਸਾਰਥਕ ਸ਼ਬਦ ਨਿਰਾਰਥਕ ਸ਼ਬਦ। ਸਾਰਥਕ ਸ਼ਬਦ, ਜਿਸ ਸ਼ਬਦ ਦਾ ਕੋਈ ਅਰਥ ਹੁੰਦਾ ਹੈ ਉਹ ਸਾਰਥਕ ਸ਼ਬਦ ਹੁੰਦੇ ਹਨ, ਜਿਵੇਂ ਪਾਣੀ, ਸਕੂਲ, ਬਰਾਤ ਆਦਿ।
निरार्थक शब्द जिन्हां शब्दां दा कोई अर्थ नहीं हुंदा उन्हां नूं निरार्थक शब्द आखदे हन, जिवें पाणी ताणी, स्कूल स्काल, बरात बरूत आदि। पंजाबी विच वधेरे करके निरार्थक शब्द सार्थक शब्दां दे नाल ही आउंदे हन, जिवें शब्द जोड़ा पाणी ताणी, सार्थक शब्द पाणी, निरार्थक शब्द ताणी। दुध दद, रोटी रोटी, रोटी रोटी, लोटा लूटा, लोटा लूटा, चरखा चुरखा, चरखा चुरखा। निरार्थक शब्द इकल्ले वर्तों विच नहीं आ सकते, एह सार्थक शब्दां दे नाल आके ही अपना प्रभाव पैदा करदे हन। सार्थक शब्दां दे भेद। पंजाबी व्याकरण विच सार्थक शब्दां दे 8 भेद हन। नाम, पड़नाम, विशेषण, किरिया, किरिया विशेषण, संबंधक, योजक, विस्मिक। नाम, ओह शब्द जो किसी आदमी, स्थान जां वस्तु लई वरते जान उन्हां नूं नाम कहा जांदा है, जिवें करनाल, मेज, कुर्सी आदि। पड़नाम, ओह शब्द जो किसी नाम दी थां वरतिया जावे उस नूं पड़नाम कहिंदे हन, जिवें मैं, तूं, तुसीं, असीं आदि। विशेषण, ओह शब्द जो किसी नाम जां पड़नाम दे गुण औगुण दसण उस नूं विशेषण कहिंदे हन, जिमें हरा, चंगा, मिठा, ठंडा आदि। किरिया, ओह शब्द जिस तो किसी काम दे होण दा काल सहित ज्ञान होवे उस नूं किरिया कहा जांदा है, जिमें राम जांदा है, ओह रोंदी है। किरिया विशेषण, ओह शब्द जो किरिया जां विशेषण दी विशेषता प्रगट करदे हन उन्हां नूं किरिया विशेषण कहा जांदा है, जिमें जरूर, घट, सवेरे, रोज आदि। संबंधक, जो शब्द नाम जां पड़नाम नाल आके होरना शब्दां नाल उसदा संबंध प्रगट करता है उस नूं संबंधक कहा जांदा है, जिमें नाल, दी, नूं, तों आदि। योजक, ओह शब्द जो दो वाकां जां दो शब्दां नूं जोड़न दा काम करता है ओह शब्द योजक कहांदा है, जिमें अते, क्यों, जो, पर, तां, के आदि। विस्मिक, ओह शब्द जो किसी दी खुशी, गमी जां हैरानी नूं प्रगट करते हन उन्हां नूं विस्मिक कहा जांदा है, जिवें हाय, आह, हैं, वाह वाह। याद रखन योग गल्लां, शब्द अखरां, लगां, लगाखरां दी सही वरतों करन नाल बनदा है। शब्द दो प्रकार दे हन, सार्थक शब्द अते निरार्थक शब्द। सार्थक शब्दां दे अर्थ हुंदे हन जदके निरार्थक शब्दां दे अर्थ नहीं हुंदे। सार्थक शब्द 8 प्रकार दे हन, नाम, पड़नाम, विशेषण, किरिया, किरिया विशेषण।